ਮੇਰੇ ਬੱਚੇ ਨੂੰ ਕੁੱਟਿਆ ਜੀ 10 ਵਜੇ। ਹਾਂਜੀ ਕਿਹਨੇ ਕੁੱਟਿਆ? ਰਵੀ ਸ਼ੇਰ ਸਿੰਘ ਨੇ। ਕਿਹੜੇ ਸਕੂਲ ਚ ਕਰਤਾ? ਸਰਕਾਰੀ ਪ੍ਰਾਇਮਰੀ ਸਕੂਲ ਮੀਣ। ਕੀ ਕਾਰਨ ਇਸ ਕੁੱਟਣ ਦਾ? ਬਿਨਾਂ ਗੱਲੋਂ ਕਰਤਾ ਜੀ। ਅਧਿਆਪਕ ਨੇ? ਅਧਿਆਪਕ ਨੇ। ਹਾਂਜੀ ਸਰ ਉਹ ਨਹੀਂ ਮੈਂ ਵੀ ਇਹ ਗੱਲ ਪਰਤਪਾਲ ਸਿੰਘ। ਪਰਤਪਾਲ ਸਿੰਘ ਕਿਹਨਾਂ ਨੇ ਕੁੱਟਿਆ ਤੈਨੂੰ? ਰਵੀ ਸ਼ੇਰਾ ਨੇ। ਕਿਉਂ ਕੁੱਟਿਆ ਗਾ? ਉਸ ਤੇ ਉਹੀ ਕੁੱਟਤਾ ਜੀ। ਉਹੀ ਕੁੱਟਤਾ? ਕੋਈ ਮਤਲਬ ਕਿ ਕੋਈ ਗੱਲਬਾਤ ਹੋਈ ਸੀ ਜਾਂ ਕਿਸੇ? ਨਹੀਂ ਜੀ ਕੋਈ ਗੱਲਬਾਤ ਨਹੀਂ ਹੋਏਗੀ। ਕਿਹੜੀ ਕਲਾਸ 'ਚ ਪੜ੍ਹਦਾ ਗਾ? ਚੌਥੀ 'ਚ। ਕਿੰਨੀ ਉਮਰ ਹੈ ਤੁਹਾਡੀ? 8 ਸਾਲ। 8 ਸਾਲ ਨਹੀਂ ਵੀ ਕੋਈ ਕਾਰਨ ਨਹੀਂ ਸੀ ਵੀ ਕੁੱਟਣ ਦਾ ਜਾਂ ਕੋਈ ਸ਼ਰਾਰਤ ਕਰਦੇ ਹੋ ਜਾਂ ਤੁਸੀਂ? ਸਵੇਰੇ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਫੋਨ ਆਇਆ ਕਿਉਂਕਿ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਇਹ। ਉਸ ਖਬਰ ਦੇ ਆਧਾਰ 'ਤੇ ਮੈਂ 5 ਮਿੰਟ ਪਹਿਲਾਂ ਹੀ ਪਹੁੰਚਿਆਂਗਾ ਇੱਥੇ। ਸਟਾਫ ਤੋਂ ਇਹਦੇ ਬਾਰੇ ਬੱਚਾ ਪੁੱਛਿਆ ਜਾ ਚੁੱਕਿਆ ਗਾ, ਬੱਚਿਆਂ ਤੋਂ ਪੁੱਛਿਆ ਜਾ ਚੁੱਕਿਆ। ਹੁਣ ਮੈਂ ਇਸ ਤੋਂ ਬਾਅਦ ਮਤਲਬ ਬੱਚੇ ਦਾ ਹੋਸਪਿਟਲ ਜੋ ਮਤਲਬ ਬੱਚਾ ਹੋਸਪਿਟਲ 'ਚ ਉਹਨਾਂ ਕੋਲ ਜਾ ਰਿਹਾ। ਇਸ ਤੋਂ ਬਾਅਦ ਜਿਹੜੀ ਰਿਪੋਰਟ ਹੋਊਗੀ ਉਹ ਸਾਰੀ ਰਿਪੋਰਟ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਭੇਜ ਦਿੱਤੀ ਜਾਊਗੀ। ਅਤੇ ਜ਼ਿਲ੍ਹਾ ਸਿੱਖਿਆ ਅਫਸਰ ਜੀ ਸਾਡੀ ਅਪੁਆਇੰਟਿੰਗ ਅਥਾਰਟੀ ਆ। ਅਧਿਆਪਕ ਵੱਲੋਂ ਬੜੀ ਹੀ ਬੇਰਹਿਮੀ ਨਾਲ ਬਲਕਿ ਜਿਹੜੀ ਆ ਡੰਡੇ ਨਾਲ ਕੁੱਟਮਾਰ ਕੀਤੀ ਗਈ ਹੈਗੀ। ਕੀ ਨਾਮ ਹੈ ਸਰ ਉਸ ਅਧਿਆਪਕ ਦਾ? ਉਹਦਾ ਨਾਮ ਹੈ ਰਵੀ ਸ਼ੇਰ ਸਿੰਘ ਹੈ ਜੀ। ਉਹ ਇੱਥੇ ਮੌਜੂਦ ਹੈ ਕਿ ਨਹੀਂ? ਉਹ ਅੱਜ ਛੁੱਟੀ 'ਤੇ ਨੇ ਜੀ। ਅੱਜ ਛੁੱਟੀ 'ਤੇ? ਹਾਂਜੀ। ਕੀ ਕਾਰਨ ਕੀ ਹੈ, ਕੀ ਕੁੱਟਣ ਦਾ ਕਾਰਨ? ਨਹੀਂ ਉਹਦੇ ਵਿੱਚ ਜਿਹੜਾ ਕੁੱਟਣ ਦਾ ਕਾਰਨ ਹੈ ਜੀ, ਅਧਿਆਪਕ ਵੱਲੋਂ ਮੈਂ ਉਹਨਾਂ ਨੂੰ ਪੁੱਛਿਆ ਗਿਆ, ਅਧਿਆਪਕ ਤੋਂ ਫੋਨ 'ਤੇ ਮੇਰੀ ਗੱਲ ਹੋਈ ਆ ਉਹਨਾਂ ਨਾਲ। ਉਹ ਕਹਿੰਦੇ ਵੀ ਬੱਚਾ ਸ਼ਰਾਰਤ ਕਰਦਾ ਸੀ। ਸ਼ਰਾਰਤ ਕਰਨਾ? ਹਾਂ ਡੰਡੇ ਨਾਲ ਤਾਂ ਕੁੱਟਣ? ਹਾਂ ਵੀ ਮਤਲਬ ਉਹਨੂੰ ਇਹੀ ਗੱਲ ਇਹ ਮੇਰੇ ਵੱਲੋਂ ਕਹੀ ਗਈ ਆ ਕਿ ਵੀ ਬੱਚੇ ਨੂੰ ਸਮਝਾਇਆ ਜਾ ਸਕਦਾ ਡੰਡੇ ਨਾਲ ਕੁੱਟਣ ਦਾ ਮਤਲਬ ਕੋਈ ਨਹੀਂ ਹੈ। ਉਹਦੇ 'ਤੇ ਜੋ ਵੀ ਬਣਦਾ ਐਕਸ਼ਨ ਆ ਜਿਹੜਾ ਜੀ ਡਿਪਾਰਟਮੈਂਟ ਲਏਗਾ ਜੀ। ਕੋਈ ਇਹੋ ਜਿਹੀ ਮਤਲਬ ਇਸ ਪੱਖੋਂ RTE ਅਨੁਸਾਰ, ਰਾਈਟ ਟੂ ਐਜੂਕੇਸ਼ਨ ਐਕਟ ਅਨੁਸਾਰ ਜੋ ਬਣਦੀ ਕਾਰਵਾਈ ਆ ਉਹ ਕੀਤੀ ਜਾਵੇ। ਲੜਾਈ ਦੇ ਤੌਰ 'ਤੇ ਕੇਸ ਹੈ ਜਿਸ ਵਿੱਚ ਇਹਨਾਂ ਦੀ ਮਾਪਿਆਂ ਦੀ ਇਹ ਹਿਸਟਰੀ ਸੀ ਕਿ ਦੱਸਿਆ ਉਹਨਾਂ ਨੇ ਕਿ ਇਸ ਤਰ੍ਹਾਂ ਕਰਕੇ ਸਾਡੇ ਬੱਚੇ ਦੀ ਕੁੱਟਮਾਰ ਹੋਈ ਹੈ ਅਤੇ ਉਹਨੂੰ ਇਹ ਲੈ ਕੇ ਆਏ। ਪ੍ਰਿਤਪਾਲ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਾਜਾ ਖਾਨਾ ਅਤੇ ਸਕੂਲ ਦੀ ਇਹ ਘਟਨਾ ਹੈ। ਇਹਨਾਂ ਦੇ ਦੱਸਣ ਦੇ ਮੁਤਾਬਕ ਕਿ ਕਿਸੇ ਟੀਚਰ ਦੁਆਰਾ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਕੁੱਟਮਾਰ ਦੀ ਘਟਨਾ ਹੋਈ ਹੈ। ਮੇਰੇ ਬੱਚੇ ਨੂੰ ਕੁੱਟਿਆ ਜੀ 10 ਵਜੇ। ਹਾਂਜੀ ਕਿਹਨਾਂ ਨੇ ਕੁੱਟਿਆ ਗਾ? ਰਵੀ ਸ਼ੇਰ ਸਿੰਘ ਨੇ। ਕਿਹੜੇ ਸਕੂਲ 'ਚ ਪੜ੍ਹਦਾ? ਸਰਕਾਰੀ ਪ੍ਰਾਇਮਰੀ ਸਕੂਲ ਮੀਣ। ਕੀ ਕਾਰਨ ਕੀ ਸੀ ਕੁੱਟਣ ਦਾ? ਬਿਨਾਂ ਗੱਲੋਂ ਕੁੱਟਤਾ ਜੀ। ਅਧਿਆਪਕ ਨੇ? ਅਧਿਆਪਕ ਨੇ। ਨਹੀਂ ਕੋਈ ਬੱਚਾ ਸ਼ਰਾਰਤ ਕਰਦਾ ਸੀ ਜਾਂ? ਨਹੀਂ ਸ਼ਰਾਰਤ ਕਰਦਾ ਸੀ, ਪੜ੍ਹਾਈ 'ਚ ਵੀ ਹੁਸ਼ਿਆਰ ਫਸਟ ਆਇਆ ਜੀ। ਪਿਤਾ ਹੁੰਦੇ ਆ ਜਵਾਕਾਂ ਦੇ, ਫਿਰ ਮਾਂ ਪਿਓ ਦਾ ਮਗਰੋਂ ਮਾਸਟਰ ਪਹਿਲਾਂ। ਠੀਕ ਹੈ। ਜਿਹੜੀਆਂ ਚੀਜ਼ਾਂ ਨੂੰ ਅਸੀਂ ਇਕੱਲੇ ਆ ਪੜ੍ਹਨ ਇਕੱਲੇ ਆ, ਮਾਸਟਰ ਕੁੱਟਦੇ ਵੀ ਆ, ਮਾਰਦੇ ਵੀ ਆ, ਸਮਝਾਉਂਦੇ ਵੀ ਆ, ਪਰ ਉਹਦੀ ਗੱਲ ਹੈ ਮਾਸਟਰ ਦੀ ਜਿਹੜੇ ਕੁੱਟ ਮਾਰ ਕੇ ਬੰਦੇ ਨੂੰ ਬੱਚੇ ਨੂੰ ਜੇ ਘਰੇ ਲਾਂਭਾ ਦੇਣ ਗਈ ਪੰਚਾਇਤ ਵੀ ਭਾਈ ਤੂੰ ਸਾਡੇ ਮੁੰਡੇ ਨੂੰ ਮਾਰਿਆ ਕਿਉਂ, ਉਹ ਕੀ ਕਹਿੰਦਾ ਵੀ ਆਹ 10,000 ਰੁਪਈਆ ਲੈ ਲਓ, ਇਹ ਨਹੀਂ ਲੈਣਾ ਤਾਂ ਭਾਈ ਪੁਲਿਸ ਨੂੰ ਦੇ ਦੇਊਂਗਾ। ਮੈਂ ਪੁਲਿਸ ਨੂੰ ਦੇ ਦੂੰ। ਅਸਲ ਜਿਹੜਾ ਕੋਈ ਮਾਂ ਪਿਓ ਹੁੰਦਾ ਮਾਸਟਰ ਹੀ ਹੁੰਦਾ। ਰਵੀ ਸ਼ੇਰ। ਬੰਦਾ ਬੇਦਿਮਾਗਾ, ਘਰੇ ਮੁਸੀਬਤ ਆ, ਜੇ ਘਰੇ ਮੁਸੀਬਤ ਆ ਉਹਦੇ ਤਾਂ ਦੂਜੇ ਬੱਚਿਆਂ ਨੂੰ ਤਾਂ ਨਹੀਂ ਕੁੱਟਣਾ, ਸਾਡੇ ਪਿੰਡ ਦਾ ਸਾਡੇ ਦੇਸ਼ ਦਾ ਭਵਿੱਖ ਖਰਾਬ ਹੁੰਦਾ। ਅਸੀਂ ਤਾਂ ਉਹਨੇ ਇਨਸਾਫ ਹੋਣਾ ਚਾਹੀਦਾ ਸਾਡੇ ਨਾਲ। ਕੋਈ ਨਹੀਂ ਕੀਤੀ ਹਾਲ ਕਾਰਵਾਈ। ਹਾਂ ਜਿਹੜੀ ਇੱਕ ਕੱਲ੍ਹ ਤੁਹਾਡੇ ਸਾਥੀ ਨੂੰ ਜਿਹੜਾ ਹੈ ਕੁੱਟਿਆ ਗਿਆ ਹੈਗਾ, ਕਿਹਨਾਂ ਨੇ ਕੁੱਟਿਆ ਸੀਗਾ? ਬੈਂਚਾਂ ਦੇ ਟੱਪੀ ਆਉਂਦੇ ਸੀ। ਫਿਰ ਕਾਹਦੇ ਨਾਲ ਕੁੱਟਿਆ ਗਾ? ਕੋਈ ਡੰਡਾ ਸੀ, ਸੋਟੀ ਸੀ ਜਾਂ ਕੀ ਸੀਗਾ ਉਹਨਾਂ ਕੋਲੇ? ਡੰਡਾ ਸੀ ਜੀ। ਹਾਂਜੀ ਡੰਡਾ। ਡੰਡੇ ਨਾਲ ਕੁੱਟਿਆ ਗਾ?